ਲੁਧਿਆਣਾ ਦੇ ਪਿੰਡ ਚੱਕਰ ਦੀ ਸਿਮਰਨਜੀਤ ਕੌਰ ਦੇ ਮੁੱਕੇ ਦਾ ਦਮ ਅੱਜ ਪੂਰੀ ਦੁਨੀਆ ਜਾਣ ਚੁੱਕੀ ਹੈ। ਸਿਮਰਨਜੀਤ ਕੌਰ ਪਹਿਲੀ ਪੰਜਾਬਣ ਬਣੀ ਹੈ ਜੋ ਓਲੰਪਿਕ ਵਿੱਚ ਬਾਕਸਿੰਗ ਦੇ ਰਿੰਗ ਵਿੱਚ ਆਪਣਾ ਦਮ ਖੰਭ ਖਾਵੇਗੀ। ਪਿੰਡ ਚੱਕਰ ਵਿੱਚ ਜਿਵੇਂ ਹੀ ਇਹ ਖਬਰ ਪਹੁੰਚੀ ਪੂਰਾ ਪਿੰਡ ਜਸ਼ਨਾਂ ਵਿੱਚ ਡੁੱਬ ਗਿਆ। ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ। ਮੰਗੋਲੀਆ ਦੀ ਨਾਮੀ ਮੁੱਕੇਬਾਜ਼ ਨੂੰ 5-0 ਨਾਲ ਹਰਾ ਟੋਕਿਓ ਓਲੰਪਿਕ ਲਈ ਟਿਕਟ ਪੱਕਾ ਕਰਨ ਵਾਲੀ ਸਿਮਰਨਜੀਤ ਕੌਰ ਦੀ ਇਸ ਕਾਮਯਾਬੀ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਉਸ ਨੂੰ 5 ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ। ਅਸੀਂ ਜੀ ਇਹ ਗੱਲ ਕਹਿੰਦੇ ਹਾਂ ਵੀ ਜਿਵੇਂ ਸਿਮਰਨਜੀਤ ਚੱਕਰ ਗੋਲਡ ਮੈਡਲ ਜਿੱਤ ਕੇ ਆਈ ਹੈ ਵੀ ਉਹਨੂੰ ਸਰਕਾਰਾਂ ਨੂੰ ਕੋਈ ਸਰਕਾਰੀ ਨੌਕਰੀ ਵੀ ਜ਼ਰੂਰ ਮਿਲਣੀ ਚਾਹੀਦੀ ਹੈ। ਇਹਨਾਂ ਦੀ ਸਹਾਇਤਾ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ। ਜਿਹੜੀ ਇਹਨਾਂ ਦੀ ਮਾਤਾ ਨੇ ਬਹੁਤ ਸੰਘਰਸ਼ ਕਰਿਆ ਇਹਨਾਂ ਨੂੰ ਬੱਚਿਆਂ ਨੂੰ ਪੜ੍ਹਾਉਣ ਲਿਖਾਉਣ ਅਤੇ ਖੇਡਾਂ ਪਿੱਛੇ ਵੀ ਬਹੁਤ ਯੋਗਦਾਨ ਆ, ਇਹਨਾਂ ਦੇ ਭਰਾਵਾਂ ਦਾ ਬਹੁਤ ਯੋਗਦਾਨ ਆ। ਗੌਰਮੈਂਟ ਨੂੰ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ। ਜੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਦੇਣਗੇ ਤਾਂ ਫਿਰ ਹੀ ਬੱਚੇ ਇਸ ਪਾਸੇ ਨੂੰ ਤੁਰਨਗੇ। ਹੁਣ ਤੱਕ ਪੰਜਾਬ ਸਰਕਾਰ ਵੱਲੋਂ ਕੋਈ ਮਦਦ ਨਹੀਂ ਹੋਈ ਜੀ? ਨਹੀਂ ਜੀ, ਇਹਨਾਂ ਪੰਜਾਬ ਸਰਕਾਰ ਨੇ ਕੋਈ ਇਹਨਾਂ ਦੀ ਮਾਲੀ ਮਦਦ ਨਹੀਂ ਕਰੀ ਅਤੇ ਕਰਨ ਦਾ ਉਹਨਾਂ ਦਾ ਹੱਕ ਬਣਦਾ। ਜਿਵੇਂ ਹੁਣ ਕੁੜੀ ਜਿੱਤ ਕੇ ਜਾਂ ਕੋਈ ਸਰਕਾਰੀ ਜੋਬ ਚੰਗੀ ਮਿਲੇ ਇਹਨੂੰ ਕੁੜੀ ਨੂੰ ਉੱਚੀ ਜੋਬ। ਸਿਮਰਨਜੀਤ ਕੌਰ ਦੀ ਮਾਂ ਨੂੰ ਆਪਣੀ ਹੋਣ ਹਰ ਧੀ ਦੀ ਇਸ ਕਾਮਯਾਬੀ ਉੱਪਰ ਮਾਣ ਹੈ, ਪਰ ਬਾਕਸਿੰਗ ਦੇ ਰਿੰਗ ਵਿੱਚ ਵੱਡੀਆਂ ਮੱਲਾਂ ਮਾਰ ਰਹੀ ਸਿਮਰਨਜੀਤ ਕੌਰ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਉਸ ਦੀ ਮਾਂ ਰਾਜਪਾਲ ਕੌਰ ਦਾ ਵੀ ਵੱਡਾ ਯੋਗਦਾਨ ਹੈ। ਸਿਰ ਤੇ ਸਾਈ ਨਹੀਂ, ਧੀਆਂ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਹੈ। ਘਰ ਵਿੱਚ ਕੰਮ ਕਰਨ ਤੋਂ ਲੈ ਕੇ ਖੁਦ ਸਾਰੀ ਜ਼ਿੰਮੇਵਾਰੀ ਚੁੱਕ ਨਾ ਸਿਰਫ ਧੀਆਂ ਨੂੰ ਪੜ੍ਹਾਇਆ ਬਲਕਿ ਅੱਜ ਉਸ ਮੁਕਾਮ ਉੱਪਰ ਪਹੁੰਚਾਇਆ ਜਿਸ ਉੱਪਰ ਹਰ ਪੰਜਾਬੀ ਨੂੰ ਨਾਜ਼ ਹੈ। ਬਹੁਤ ਔਖੀ ਪਹੁੰਚੀ ਆ ਅਤੇ ਮੈਂ ਤਾਂ ਇਹੀ ਚਾਹੁੰਦੀ ਹਾਂ ਜਿੱਥੇ ਤੱਕ ਮੇਰੀ ਬੱਚੀ ਗਈ ਆ ਸਾਰੇ ਪੰਜਾਬ ਦੇ ਬੱਚੇ ਜਾਣ, ਜੇ ਸਰਕਾਰਾਂ ਮਦਦ ਕਰਨ ਤਾਂ ਸਾਡੇ ਬੱਚੇ ਇੱਦੂ ਵੀ ਅੱਗੇ ਓਲੰਪਿਕ 'ਚੋਂ ਮੈਡਲ ਲੈ ਕੇ ਆਉਣ। ਹੁਣ ਸੁਖਵੀਰ ਬਾਦਲ ਨੇ 1 ਲੱਖ ਰੁਪਏ ਦਾ ਐਲਾਨ ਕੀਤਾ ਦੇਣ ਦਾ, ਮੈਨੂੰ ਬਹੁਤ ਖੁਸ਼ੀ ਆ। ਚਲੋ ਸਰਕਾਰ ਸਾਡਾ ਹੱਥ ਫੜਦੀ ਆ ਅਤੇ ਜੇ ਗੌਰਮੈਂਟ ਸਾਡਾ ਇਹੀ ਸਹਿਯੋਗ ਦੇਈ ਜਾਵੇ ਤਾਂ ਅਸੀਂ ਪੰਜਾਬ ਦੇ ਵਿੱਚੋਂ ਹੋਰ ਵੀ ਬੱਚੇ ਇਹੋ ਜਿਹੇ ਕੱਢੀਏ ਓਲੰਪਿਕ ਜਾਣ। ਅਤੇ ਹੁਣ ਸਿਮਰਨ ਏਸ਼ੀਆ 'ਚੋਂ ਓਲੰਪਿਕ ਕੁਆਲੀਫਾਈ ਕਰਕੇ ਆਈ ਆ ਅਤੇ ਮੈਨੂੰ ਬਹੁਤ ਖੁਸ਼ੀ ਆ। ਸਾਰੀ ਰਾਤ ਸਾਨੂੰ ਨੀਂਦ ਨਹੀਂ ਆਈ ਖੁਸ਼ੀ ਦੇ ਵਿੱਚ। ਅਤੇ ਅਸੀਂ ਇਹੀ ਕਹਿੰਦੇ ਹਾਂ ਵੀ ਸਰਕਾਰ ਸਾਡੀ ਵੱਧ ਤੋਂ ਵੱਧ ਮਦਦ ਕਰੇ। 2020 ਦੀ ਜਿਹੜੀ ਟੋਕਿਓ ਹੋਣੀ ਆ ਉਹਦੇ ਵਿੱਚੋਂ ਗੋਲਡ ਮੈਡਲ ਜਿੱਤ ਕੇ ਪ੍ਰਾਪਤ ਆ। ਪਿੰਡ ਚੱਕਰ ਦਾ ਹਰ ਬਛਿੰਦਾ ਅੱਜ ਆਪਣਾ ਸੀਨਾ ਚੌੜਾ ਕਰਕੇ ਘੁੰਮ ਰਿਹਾ ਹੈ। ਕਰਨ ਵੀ ਕਿਉਂ ਨਾ, ਸਿਮਰਨਜੀਤ ਕੌਰ ਨੇ ਉਹ ਕਾਰਨਾਮਾ ਕਰ ਵਿਖਾਇਆ ਜਿਸ ਦਾ ਹਰ ਕੋਈ ਕਾਇਲ ਹੈ। ਪੰਜਾਬ ਦੀ ਇਹ ਧੀ ਹੁਣ ਦੁਨੀਆ ਦੇ ਸਭ ਤੋਂ ਸਿਖਰਲੇ ਖੇਡ ਮੁਕਾਬਲੇ ਵਿੱਚ ਆਪਣਾ ਦਮਖਮ ਵਿਖਾਵੇਗੀ। ਘਰ ਦੇ ਹਾਲਾਤਾਂ ਦੇ ਬਾਵਜੂਦ ਸਿਮਰਨਜੀਤ ਕੌਰ ਨੇ ਆਪਣੀ ਖੇਡ ਨੂੰ ਜਿਸ ਤਰੀਕੇ ਨਾਲ ਨਿਖਾਰਿਆ ਅੱਜ ਉਹ ਇੱਕ ਮਿਸਾਲ ਬਣ ਕੇ ਸਾਹਮਣੇ ਆਈ ਹੈ। ਤਾਂ ਹੁਣ ਇਸ ਮੁਕਾਮ ਉੱਪਰ ਪਹੁੰਚੀ ਇਸ ਧੀ ਨੂੰ ਲੱਖਾਂ ਨਾਲ ਨਿਵਾਜ਼ ਤਸਵੀਰਾਂ ਖਿਚਾ ਰਹੇ ਸਿਆਸੀ ਆਗੂਆਂ ਵੱਲੋਂ ਵੀ ਉੱਭਰਦੇ ਖਿਡਾਰੀਆਂ ਦੇ ਹੁਨਰ ਨੂੰ ਬਚਪਨ ਤੋਂ ਹੀ ਪਹਿਚਾਣ ਅੱਗੇ ਲਿਆਉਣ ਦੀ ਲੋੜ ਹੈ ਤਾਂ ਜੋ ਪੂਰੀ ਦੁਨੀਆ ਵਿੱਚ ਖੇਡਾਂ 'ਚੋਂ ਪੰਜਾਬ ਦੀ ਖੁਸ਼ੀ ਸਰਦਾਰੀ ਮੁੜ ਬਹਾਲ ਕੀਤੀ ਜਾ ਸਕੇ। ਲੁਧਿਆਣਾ ਦੇ ਪਿੰਡ ਚੱਕਰ ਤੋਂ ਸਿੱਖ ਨਿਊਜ਼ ਐਕਸਪ੍ਰੈਸ ਲਈ ਜਸਵੰਤ ਸਿੰਘ ਪੁਰਬਾ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।